ਲੋਕ ਸਭਾ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਸੁਖਬੀਰ ਬਾਦਲ ਨੂੰ ਵੋਟਾਂ ਮਿਲੀਆਂ ਹਨ। ਉੱਥੇ ਹੀ ਘੱਟ ਵੋਟਾਂ ਦੇ ਨਾਲ ਜਿੱਤਣ ਵਾਲੇ ਜਲੰਧਰ ਦੇ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਹਨ। ਇਸ ਵਾਰ ਚੋਣਾਂ ਦੌਰਾਨ ਨੋਟਾਂ ਦਾ ਵੀ ਇਸਤੇਮਾਲ ਕੀਤਾ ਗਿਆ। ਸਭ ਤੋਂ ਜ਼ਿਆਦਾ ਸ੍ਰੀ ਅਨੰਦਪੁਰ ਸਾਹਿਬ ਅਤੇ ਸਭ ਤੋਂ ਘੱਟ ਫਤਿਹਗੜ੍ਹ ਸਾਹਿਬ ਵਿੱਚ ਨੋਟਾਂ ਦਾ ਇਸਤੇਮਾਲ ਕੀਤਾ ਗਿਆ। ਇਸ ਮੌਕੇ 'ਤੇ ਮੁੱਖ ਚੋਣ ਕਮਿਸ਼ਨਰ ਡਾਕਟਰ ਐੱਸ ਕਰੁਣਾ ਰਾਜੂ ਦਾ ਕਹਿਣਾ ਹੈ ਕਿ ਪੰਜਾਬ ਲੋਕ ਸਭਾ ਚੋਣਾਂ ਵਿੱਚ ਲਗਭਗ 66% ਵੋਟਾਂ ਪਈਆਂ ਹਨ। ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਸ ਵਾਰ ਜਿਹੜੇ ਵੀ ਪਾਰਲੀਮੈਂਟ ਇਲੈਕਸ਼ਨ ਹੋਏ ਹੈ 2019, ਇਹ ਦੇਸ਼ ਦੀ ਮਹਾਂ ਤਿਉਹਾਰ, ਇਲੈਕਸ਼ਨ ਕਮਿਸ਼ਨ ਵੱਲੋਂ ਇਸ ਵਾਰ ਇਸ ਤਰੀਕਾ ਇੰਤਜ਼ਾਮਾਤ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਟੋਟਲ 13 ਪਾਰਲੀਮੈਂਟਰੀ ਹਲਕਾ ਨੇ। ਇਹਦੇ ਵਿੱਚ ਟੋਟਲ ਪਰਸੈਂਟੇਜ ਆਫ ਵੋਟਸ ਜਿਹੜੇ ਪੋਲਡ ਹੈ ਉਹ 65.96%, ਲਗਭਗ 66% ਅਸੀਂ ਕਹਿ ਸਕਦੇ ਹਾਂ। ਵੋਟਿੰਗ ਬਹੁਤ ਹੀ ਤੁਹਾਨੂੰ ਪਤਾ ਹੈ ਸ਼ਾਂਤੀਪੂਰਵਕ ਰਹਾ, ਗਿਣਤੀ ਵੀ ਸ਼ਾਂਤੀਪੂਰਵਕ ਰਹਾ, ਕੋਈ ਵੀ ਕਹੀਂ ਵੀ ਕੋਈ ਪ੍ਰੋਬਲਮ ਨਹੀਂ ਆਇਆ। EVM VVPAT ਸਲਿਪਸ ਕੀ ਗਿਣਤੀ ਮੈਚਿੰਗ ਹੋ ਗਿਆ ਥਾ, ਇੱਕ ਵੋਟ ਵੀ ਕੋਈ ਡਿਸਕ੍ਰਿਪੈਂਸੀ ਨਹੀਂ ਆਇਆ ਥਾ। ਸਭੀ ਕੈਂਡੀਡੇਟਸ ਕੋ ਸਰਟੀਫਿਕੇਟਸ ਮਿਲ ਗਿਆ। ਸਭ ਤੋਂ ਹਾਈਐਸਟ ਮੈਂਟਰੀ ਹਲਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਵੀ ਡਿਫਰੈਂਸ ਹੈ, ਮਤਲਬ ਮੈਜੋਰਿਟੀ ਅਗਰ ਦੇਖਿਆ ਜਾਏਗਾ, ਇਹ ਸ਼੍ਰੀ ਸੁਖਬੀਰ ਸਿੰਘ ਬਾਦਲ ਸਾਹਿਬ ਹੈ, ਫਿਰੋਜ਼ਪੁਰ ਪਾਰਲੀਮੈਂਟਰੀ ਹਲਕਾ। ਇਹਦੇ ਵਿੱਚ ਉਹਨਾਂ ਦਾ ਮਾਰਜਿਨ ਇਸ ਤਰੀਕਾ ਹੈ, 1,98,850 ਹੈ ਇਹਨਾਂ ਦਾ ਮਾਰਜਿਨ। ਇਸ ਪ੍ਰਕਾਰ ਕੀ ਹੈ, ਸਭ ਤੋਂ ਵੱਧ ਸਾਡਾ ਸਟੇਟ ਦੇ ਵਿੱਚ ਇਹ ਹੈ। ਔਰ ਦੂਸਰਾ ਪੋਜੀਸ਼ਨ 'ਤੇ ਹੈ ਸ਼੍ਰੀਮਤੀ ਪ੍ਰਨੀਤ ਕੌਰ ਮੈਡਮ ਜੀ, ਔਰ ਉਨ੍ਹਾਂ ਮਾਰਜਿਨ ਰਹਾ 1,62,718, ਇਹ ਉਨ੍ਹਾਂ ਇਹ ਰਹਾ। ਔਰ ਸਭ ਤੋਂ ਘੱਟ ਮਾਰਜਿਨ ਹੈ ਇਹ ਸ਼੍ਰੀ ਸੰਤੋਖ ਸਿੰਘ ਚੌਧਰੀ, ਜਲੰਧਰ ਪਾਰਲੀਮੈਂਟਰੀ ਕੰਸਟੀਚੁਐਂਸੀ, ਉਹਨਾਂ ਦਾ ਮਾਰਜਿਨ ਰਹਾ 19,491 ਵੋਟਸ। ਦੇਖੋ ਤੁਹਾਨੂੰ ਬੇਨਤੀ ਕੀਤਾ, ਪਹਿਲੇ ਹੀ ਲੋਕਾਂ ਨੂੰ ਵੀ ਬੇਨਤੀ ਕੀਤਾ, ਨੋਟਾ ਇੱਕ ਤਰੀਕੇ ਕੈਂਡੀਡੇਟ ਹੀ ਹੈ, ਦਿਸਦਾ ਨਹੀਂ ਹੈ, ਲੇਕਿਨ ਉਹ ਵੀ ਇੱਕ ਵਿਵਸਥਾ ਹੈ, ਇੱਕ ਕੈਂਡੀਡੇਟ ਦੇ ਰੂਪ ਹੈ। ਜਿਹੜੇ ਵੀ ਤੁਹਾਨੂੰ ਉੱਪਰ ਜਿਹੜੇ ਵੀ ਕੈਂਡੀਡੇਟ ਤੁਹਾਨੂੰ ਠੀਕ ਨਹੀਂ ਲੱਗ ਰਿਹਾ, ਸੋ ਨਨ ਆਫ ਦੀ ਅਬਵ ਆਪਸ਼ਨ ਸਾਡੇ ਕੋਲ ਹੈ, ਵੋਟਰ ਦੀ ਕੋਲ ਹੈ। ਜਿਹੜੇ ਵੀ ਵੋਟਰ ਆਪਣਾ ਵੋਟ ਐਕਸਰਸਾਈਜ਼ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇੱਕ ਵਿਕਲਪ ਦਿੱਤਾ ਗਿਆ ਹੈ, ਇੱਕ ਆਪਸ਼ਨ ਦਿੱਤਾ ਗਿਆ। ਪੰਜਾਬ ਦੇ ਵਿੱਚ ਕਾਫੀ ਲੋਕ ਨੋਟਾਂ ਦਾ ਵਰਤਿਆ ਗਿਆ ਹੈ, ਔਰ ਅਗਰ ਦੇਖਿਆ ਜਾਏ ਗੁਰਦਾਸਪੁਰ ਮੇਂ 9,560 ਲੋਕ ਨੋਟਾਂ ਦੀ ਉਹ ਬਟਨ ਦਬਾਇਆ ਹੈ, ਔਰ ਅੰਮ੍ਰਿਤਸਰ ਮੇਂ 8,763 ਲੋਕ ਨੋਟਾਂ ਦਾ ਵਰਤ ਲਿਆ ਗਿਆ। ਖਡੂਰ ਸਾਹਿਬ ਦੇਖੋ 5,130 ਨੋਟਾਂ ਦਾ ਇਹ ਹੈ, ਔਰ ਜਲੰਧਰ ਦੇ ਵਿੱਚ 12,324 ਵੋਟ ਨੋਟਾਂ ਨੂੰ ਪਿਆ। ਔਰ ਇਸ ਪ੍ਰਕਾਰ ਕਿ ਹੁਸ਼ਿਆਰਪੁਰ ਦੇਖੋਗੇ 12,868 ਹੈ, ਔਰ ਆਨੰਦਪੁਰ ਸਾਹਿਬ ਦੇ ਵਿੱਚ 70,000 ਆਨੰਦਪੁਰ ਸਾਹਿਬ ਦੇ ਵਿੱਚ 70,135 ਪੜ ਗਿਆ ਹੈ, ਔਰ ਲੁਧਿਆਣਾ ਦੇ ਵਿੱਚ 10,538, ਔਰ ਆਪਣਾ ਫਤਿਹਗੜ੍ਹ ਸਾਹਿਬ ਦੇ ਵਿੱਚ ਸਭ ਤੋਂ ਘੱਟ ਹੈ, ਇੱਥੇ 60 ਵੋਟ ਨੋਟਾਂ ਨੂੰ ਪਿਆ ਹੈ, ਇੱਥੇ ਸਭ ਤੋਂ ਘੱਟ ਹੈ ਸਾਡਾ ਸਟੇਟ ਦੇ ਵਿੱਚ। ਔਰ ਫਰੀਦਕੋਟ ਦੇ ਵਿੱਚ 19,246 ਵੋਟ ਨੋਟਾਂ ਨੂੰ ਪੈ ਗਿਆ, ਇਹ ਕੌਣ ਸਾ ਕੰਸਟੀਚੁਐਂਸੀ, ਫਰੀਦਕੋਟ ਕੰਸਟੀਚੁਐਂਸੀ ਦੇ ਵਿੱਚ। ਫਿਰੋਜ਼ਪੁਰ ਦੇ ਵਿੱਚ ਵੀ ਅਗਰ ਦੇਖਿਆ ਜਾਏ 14,891 ਇੰਨਾ ਵੋਟ ਨੋਟਾਂ ਨੂੰ ਪੈ ਗਿਆ ਹੈ। ਬਠਿੰਡਾ ਦੇ ਵਿੱਚ 13,323 ਵੋਟ ਹੈ, ਔਰ ਸੰਗਰੂਰ ਦੇ ਵਿੱਚ 6,490, ਔਰ ਸਭ ਤੋਂ ਲਾਸਟ ਪਟਿਆਲਾ ਦੇ ਵਿੱਚ 11,110 ਵੋਟ ਨੋਟਾਂ ਨੂੰ ਪਿਆ ਹੈ। ਇਹ ਬਾਤ ਬਿਲਕੁਲ ਸਹੀ ਹੈ, ਕਿਉਂਕਿ ਇਸ ਵਾਰ ਚੋਣ ਦੇ ਵਿੱਚ ਅਸੀਂ ਇੱਕ ਸਿਸਟਮ ਬਣਾਇਆ ਹੈ, ਜਿਹੜੇ ਵੀ ਸਾਡਾ ਪੋਲ ਸਟਾਫ ਪਿੰਡਾਂ 'ਚ ਜੋ ਜਾਂਦਾ ਹੈ, ਉਹਨਾਂ ਨੂੰ ਖਾਣਾ ਪਾਣੀ ਦੀ ਵਿਵਸਥਾ ਇਹ ਸਾਰੀਆਂ ਹੈ ਸਾਡਾ ਆਂਗਨਵਾੜੀ ਵਰਕਰ ਨੇ ਕੀਤਾ, ਸਾਡਾ
ਮਿਡਡੇ ਮੀਲ ਵਰਕਰ ਨੇ ਤਿਆਰ ਕਰਕੇ ਦਿੱਤਾ ਔਰ ਇਹਨਾਂ ਨੂੰ ਸਹਿਯੋਗ ਕੀਤਾ ਗਾਂਵ ਕੀ ਜਿਹੜੇ ਵੀ ਵਾਚਮੈਨ ਰਹਿੰਦਾ ਹੈ ਉਹਨਾਂ ਵੱਲੋਂ ਇਹ ਤਿੰਨ ਲੋਕ ਮਿਲ ਕੇ ਇਸ ਵਾਰ ਪੋਲ ਸਟਾਫ ਦੀ ਖਾਣੇ ਦੀ ਉਹਨਾਂ ਦਾ ਰਹਿਣ ਦੀ ਵਿਵਸਥਾ ਇਹ ਸਾਰੇ ਕੀਤਾ ਹੈ ਕਿਉਂਕਿ ਇਹ ਲੋਕ ਹਜ਼ਾਰਾਂ ਗਿਣਤੀ ਦੇ ਵਿੱਚ ਹੈ ਇਹਨਾਂ ਨੂੰ ਮੈਂ ਤੁਹਾਡੇ ਰਾਹੀਂ ਬਹੁਤ ਬਹੁਤ ਧੰਨਵਾਦ ਦੇਣਾ ਚਾਹਾਂਗਾ ਕਿਉਂਕਿ ਤੁਹਾਡੇ ਵਜੋਂ ਤੁਹਾਡੇ ਕਾਰਨ ਅਸੀਂ ਇਲੈਕਸ਼ਨ ਬਹੁਤ ਸਕਸੈਸਫੁਲੀ ਕੰਡਕਟ ਕੀਤਾ ਤੁਹਾਡਾ ਯੋਗਦਾਨ ਬਹੁਤ ਮਹੱਤਵਪੂਰਨ ਹੈ ਮੈਂ ਸਰਾਹਨਾ ਸਲਾਘਾਯੋਗ ਹੈ ਆਪਣੇ ਇਹ ਤਿੰਨਾਂ ਦੀ ਇਸ ਵਨ ਇਲੈਕਸ਼ਨ ਪ੍ਰਬੰਧਨ ਦੇ ਵਿੱਚ ਠੀਕ ਹੈ ਸਰ ਥੈਂਕ ਯੂ ਸਰ ਇੱਕ ਲਾਸਟ ਕੁਐਸਚਨ ਜੇ ਆਪਾਂ ਇੱਕ ਪਲਾਸਟ ਪਾਈ ਪੁੱਛ ਸਕਦੇ ਕਿ ਜਿਹੜਾ ਸਰ ਜੋ ਬਾਈਪੋਲ ਹੋਣੇ ਵਾਲੀ ਹੈ ਉਹ ਕੌਣ ਕੌਣ ਸੇ ਜ਼ਿਲ੍ਹੋ ਮੇ ਹੋਣੇ ਵਾਲੀ ਹੈ ਔਰ ਕਬ ਤੱਕ ਹੋਣੇ ਕੀ ਸੰਭਾਵਨਾ ਹੈ ਦੇਖੋ ਬਾਈਪੋਲ ਦੀ ਮਸਲਾ ਇਹ ਹੈ ਜਿਹੜੇ ਵੀ ਸਿਟਿੰਗ ਅਸੈਂਬਲੀ ਮੈਂਬਰ ਅਗਰ ਕੋਈ ਐਮ ਪੀ ਬਣ ਗਿਆ ਉੱਥੋਂ ਫਿਰ ਸਹੁੰ ਚੱਕ ਲਿਆ ਪਾਰਲੀਮੈਂਟ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੇ ਕੋਲ ਵਿਕਲਪ ਰਹੂਗਾ ਜਾਂ ਤਾਂ ਐਮ ਪੀ ਦਾ ਉਹ ਰੱਖੇਗਾ ਨਹੀਂ ਤਾਂ ਐਮ ਐਲ ਏ ਦੇ ਰੱਖੇਗਾ ਉਹਨਾਂ ਉਸ ਦੇਖਣਾ ਪਵੇਗਾ ਉਹ ਜਿਹੜੇ ਵੀ ਸੀਟ ਉਹ ਰੱਖਣਾ ਚਾਹੁੰਦੇ ਉਸਦੇ ਮੁਤਾਬਿਕ ਫਿਰ ਫੈਸਲਾ ਹੋਊਗਾ ਇੱਕ ਤੈਅ ਸੀਮਾ ਹੈ ਕਿਉਂਕਿ ਜਿਹੜੇ ਵੀ ਕੋਈ ਵੀ ਕੈਂਡੀਡੇਟ ਦੇ ਕੋਲ ਦੋ ਨਹੀਂ ਰਹਿ ਸਕਦਾ ਇਸ ਇੱਕ ਤੈਅ ਸੀਮਾ ਹੈ ਇਸ ਤੈਅ ਸੀਮਾ ਦੇ ਮੁਤਾਬਿਕ ਜਿਹੜੇ ਵੀ ਵਿਕਲਪ ਉਹ ਚੁਣਨਗੇ ਉਸ ਤੋਂ ਬਾਅਦ ਫਿਰ ਸਥਿਤੀ ਸਾਫ਼ ਹੋਊਗਾ ਠੀਕ ਹੈ ਥੈਂਕ ਯੂ ਜੀ